A dream becomes a goal when action is taken towards its achievement. I, on behalf of Sacred Heart Fraternity, extend a very warm welcome to all present here on the prestigious occasion of the felicitation ceremony of our dear students. Today, we have gathered here to honor all those who have performed extraordinarily in the academic year while reminiscing our school's tradition. We have organized this occasion to encourage our students and help them to achieve their full potential. We, the Sacred Heartians, believe in imparting the intellectual values and nurture them through a perfect blend of traditional as well as the contemporary ways and means for the comprehensive development of the students. Today, it gives me an immense pleasure to welcome our honorable chief guest for the day, Mr. Ashish Verma, manager of HDFC Bank, Sanival. He's a diligent performer. He holds a degree in MBA from Symbiosis Pune. He's an excellent professional with great technical skills in marketing, business, and developing relations. He's also an innovative thinker. His core competences include retail banking, sales and marketing, business development, and team management. I also take the opportunity to welcome his better half, Mrs. Deepika, who is also here with us today. I would also like to welcome Mr. Sandeep Sharma and Madam Mansi on this occasion. I would like to request our director, Reverend Father William, our principal, Reverend Sister Crispine, Sister Alicia, and staff secretaries to extend a floral welcome to our honorable chief guest, Mr. Ashish Verma. As it is an indicator of our happiness to have you with us today.
ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਆਪਣੇ ਸਕੂਲ ਦੇ ਡਾਇਰੈਕਟਰ ਸਤਿਕਾਰਯੋਗ ਫਾਦਰ ਵਿਲੀਅਮ ਸੋਹਤਾ ਜੀ ਅਤੇ ਸਤਿਕਾਰਯੋਗ ਪ੍ਰਿੰਸੀਪਲ ਸਿਸਟਰ ਕ੍ਰਿਸਪਨ ਮੇਰੀਆ ਜੀ ਵੱਲੋਂ ਇੱਥੇ ਪਹੁੰਚੇ HDFC ਬੈਂਕ ਦੇ ਮੈਨੇਜਰ, ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਉਹਨਾਂ ਨੂੰ ਜੀ ਆਇਆਂ ਆਖਦੀ ਹਾਂ। ਜਿਨ੍ਹਾਂ ਬੱਚਿਆਂ ਨੂੰ ਅੱਜ ਇੱਥੇ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਹੈ ਉਹ ਬਹੁਤ ਬਹੁਤ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਨੇ ਆਪਣੀ ਮਿਹਨਤ ਨਾਲ ਮਾਪਿਆਂ ਦਾ ਅਤੇ ਸਕੂਲ ਦਾ ਨਾਂ ਚਮਕਾਇਆ ਹੈ। ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਖੁਸ਼ਕਿਸਮਤ ਹਨ ਉਹ ਵਿਦਿਆਰਥੀ ਜੋ ਇਸ ਨਾਮਵਰ ਸੰਸਥਾ ਤੋਂ ਵਿਦਿਆ ਪ੍ਰਾਪਤ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਅੱਜ ਇਹਨਾਂ ਹੋਣਹਾਰ ਬੱਚਿਆਂ ਦੇ ਮਾਪੇ ਅਤੇ ਇਹਨਾਂ ਦੇ ਰੋਸ਼ਨ ਭਵਿੱਖ ਦੀ ਕਲਪਨਾ ਕਰਨ ਵਾਲੇ ਅਧਿਆਪਕ ਸਾਰੇ ਹੀ ਇੱਥੇ ਮੌਜੂਦ ਹਨ। ਜਿਵੇਂ ਕਿ ਮਾਂ ਬਾਪ ਬੱਚੇ ਦੇ ਜਨਮ ਤੋਂ ਲੈ ਕੇ ਹਰ ਪਲ ਉਸ ਲਈ ਸੁਪਨੇ ਵੇਖਦੇ ਹਨ, ਉਵੇਂ ਹੀ ਅਧਿਆਪਕ ਵੀ ਇਹਨਾਂ ਤੋਂ ਆਉਣ ਵਾਲੇ ਸਮੇਂ ਦੇ ਬਿਹਤਰੀਨ ਨਾਗਰਿਕਾਂ ਦੀ ਕਲਪਨਾ ਕਰਦੇ ਹਨ। ਕਹਿੰਦੇ ਹਨ, ਮੰਜ਼ਿਲੇ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ। ਮੰਜ਼ਿਲੇ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ, ਪੰਖ ਸੇ ਕੁਛ ਨਹੀਂ ਹੋਤਾ, ਹੌਸਲੋਂ ਸੇ ਉਡਾਨ ਹੋਤੀ ਹੈ। ਰਿਸਪੈਕਟਡ ਡਾਇਰੈਕਟਰ ਸਾਹਿਬ, ਪ੍ਰਿੰਸੀਪਲ ਸਾਹਿਬਾਨ ਅਤੇ ਆਲ ਟੀਚਰਸ, ਮੈਂ ਆਪ ਜੀ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਬਹੁਤ ਵਧੀਆ ਮੇਰੀ ਬੇਟੀ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਕੇ ਉਸਨੂੰ ਫਸਟ ਪੋਜੀਸ਼ਨ ਦਵਾਈ। ਸਾਨੂੰ ਸ਼ੁਰੂ ਤੋਂ ਹੀ ਇਸ ਸਕੂਲ ਤੋਂ ਬਹੁਤ ਪੋਜੀਟਿਵ ਰਿਸਪੋਂਸ ਮਿਲਿਆ ਅਤੇ ਅਸੀਂ ਹਰ ਵੇਲੇ ਹੀ ਸਕੂਲ ਦੇ ਦਿੱਤੇ ਐਜੂਕੇਸ਼ਨ ਦੇ ਅਨੁਸਾਰ ਅਸੀਂ ਧੰਨਵਾਦੀ ਰਹੇ ਹਾਂ ਕਿਉਂਕਿ ਬੱਚੇ ਨੂੰ ਪ੍ਰੋਪਰ ਗਾਈਡੈਂਸ ਦਿੱਤੀ ਗਈ। ਸਾਨੂੰ PTM 'ਤੇ ਬੁਲਾ ਕੇ ਪ੍ਰੋਪਰ ਗਾਈਡੈਂਸ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਲਈ ਪ੍ਰੀਪੇਅਰ ਕਰਨਾ, ਇਗਜ਼ਾਮ ਦੇ ਲਈ ਕਿੱਦਾਂ ਪ੍ਰੀਪੇਅਰ ਕਰਨਾ, ਉਹ ਸਾਰਾ ਬਿਲਕੁਲ ਦੱਸਿਆ ਗਿਆ। ਅਤੇ ਮੈਂ ਕਹਿੰਦਾ ਕਿ ਸਕੂਲ ਨੂੰ ਪਿਛਲੇ 4 ਸਾਲ ਤੋਂ ਬੈਸਟ ਸਕੂਲ ਦਾ ਅਵਾਰਡ ਮਿਲ ਰਿਹਾ ਹੈ, ਉਹ ਵੀ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਅਤੇ ਸਾਡੇ ਇਲਾਕੇ ਦਾ ਸੈਕਰਡ ਹਾਰਟ ਇੰਸਟੀਚਿਊਟ ਇੱਕ ਬਹੁਤ ਮਾਣ ਵਾਲਾ ਸਾਡੇ ਲਈ, ਜਿਸ 'ਤੇ ਸਾਨੂੰ ਬਹੁਤ ਬੈਨੀਫਿਟਸ ਮਿਲ ਰਹੇ ਨੇ, ਬਹੁਤ ਵਧੀਆ ਸਕੂਲ ਹੈ। ਇਸ ਸਕੂਲ ਵਿੱਚ ਸਟੱਡੀ ਦੇ ਨਾਲ ਨਾਲ ਐਕਟੀਵਿਟੀਜ਼, ਸਪੋਰਟਸ ਦੇ ਵਿੱਚ ਵੀ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ। ਅਤੇ ਜਿਸ ਤਰ੍ਹਾਂ ਹੁਣ ਕੋਵਿਡ ਦੇ ਪੀਰੀਅਡ ਦੌਰਾਨ ਔਨਲਾਈਨ ਐਜੂਕੇਸ਼ਨ ਦਾ ਪ੍ਰੋਪਰ ਅਰੇਂਜਮੈਂਟ ਕਰਕੇ ਬੱਚਿਆਂ ਦੀ ਸਟੱਡੀ ਨੂੰ ਕੰਟੀਨਿਊ ਰੱਖਿਆ ਗਿਆ, ਇਸ ਲਈ ਮੈਂ ਸਾਰੇ ਸਟਾਫ ਔਰ ਸਾਰੇ ਸਕੂਲ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦਾ। ਫਸਟ ਆਫ ਆਲ ਆਈ ਵਾਂਟ ਟੂ ਸ਼ੇਅਰ ਵਿਦ ਐਵਰੀਵਨ, ਜੋ ਬੋਲੇ ਸੋ ਨਿਹਾਲ। ਇਫ ਆਈ ਐਮ ਏ ਸਕਸੈਸਫੁਲ ਬਿਜ਼ਨਸਮੈਨ, ਦੈਨ ਵੀ ਕੈਨ ਸੇ ਕਿ ਆਈ ਐਮ ਪਰਫੈਕਟ। ਸੈਕਿੰਡਲੀ, ਇਫ ਮਾਈ ਚਿਲਡਰਨਸ ਆਰ ਹੈਪੀ ਵਿਦ ਅਸ, ਦੈਨ ਯੂ ਕੈਨ ਸੇ ਆਈ ਐਮ ਪਰਫੈਕਟ ਫਾਦਰ। If I cannot continue speak in English, then you can say I am not perfect in English. Behind reason, can I speak in Hindi or Punjabi? Yes, sir. Yes. ਇਸਦੇ ਪਿੱਛੇ ਕੀ ਰੀਜ਼ਨ ਹੈ ਕਿ ਅਸੀਂ ਇੰਗਲਿਸ਼ ਕਿਉਂ ਨਹੀਂ ਪਰਫੈਕਟਲੀ ਬੋਲ ਸਕਦੇ? ਕਿ ਜਿਸ ਟਾਈਮ ਅਸੀਂ ਸਟੱਡੀ ਕੀਤੀ, ਸਾਡੇ ਸਿਟੀ ਦੇ ਵਿੱਚ ਗੌਰਮੈਂਟ ਸਕੂਲ ਜਾਂ ਇੰਗਲਿਸ਼ ਮੀਡੀਅਮ ਨਹੀਂ ਸੀ। ਸੋ ਇਸ ਲਈ ਸਭ ਤੋਂ ਪਹਿਲਾਂ ਧੰਨਵਾਦ ਤਾਂ ਇਹ ਕਰਨਾ ਚਾਹੁੰਦਾ ਡਾਇਰੈਕਟਰ ਦਾ, ਇੰਸਟੀਚਿਊਟ ਦਾ, ਕਿ ਇਸ ਏਰੀਏ 'ਚ ਇਹਨਾਂ ਨੇ ਕੌਨਵੈਂਟ ਐਜੂਕੇਸ਼ਨ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ।
सेकेंडली थैंक्स करना चाहना प्रिंसिपल नूं कि उन्होंने इस इंग्लिश स्पीकिंग नूं कंटिन्यू रखा स्कूल दे विच विद स्ट्रिक्टनेस. थर्ड टीचर्स का थैंक्स करना चाहना कि उन्होंने इनू कंटिन्यू रखा और बच्चों नूं इंग्लिश बोलना सिखाया और वो आज इंग्लिश बोल सकते हैं जिहड़े इत्थे स्टडी कर रहे हैं. Respected Chief Guest, Mr. Ashish Verma, Manager of HDFC Bank Sahnewal, and his team members, and our Director, Reverend Father William Samota, our Principal, Reverend Sister Rispin Maria, KJ in charge, Reverend Sister Alicia, parents, my friends, a warm good morning to one and all present here. I am privileged and excited to stand here in the midst of this exuberant ambience. As I look around, I see not just youthful faces, but potential diversity of talents with extraordinary drive, ambition, and above all, commitment to excel. The road to success is not an easy path to walk. It is filled with obstacles and pitfalls. Only those with strong determination in life will go up for the fruit of success. A cheerful morning to everyone present here. I welcome all the degree trees. I feel honored and privileged to be here today. And I wish to thank our director, Father William Samota, Principal, Sister Crispin Maria, and my respected teachers for molding me and let me do this triumph. It is often stated, behind every successful man, there is a woman. I want to restate it. Behind every successful student, there is a teacher. And our teachers prove to be the perfect epitome. We all sacred guardians work diligently and in synergy throughout the year. Our institution, with ample responsibility, has conducted our test exams timely to prepare us for our board examinations. Good morning to the August audience. Today, I, Harjal Singh, a proud sacred guardian, I'm feeling blessed and honored to stand here and share my incredible journey in Sacred Heart Convent Senior Secondary School, Sahnewal. First and foremost, I thank Almighty Lord for giving me this privilege and holding my hand throughout. Now, I thank my parents for supporting me and guiding me always. I'm grateful to the school management, the torchbearer, our director, Reverend Father William Samota, our visionary principal, Reverend Sister Crispin Maria DM, the inspiring KG in charge, Sister Alicia DM, all the extraordinary teachers and the ancillary staff. Reverend Sister Crispin Maria, Reverend Father Williams, teachers, our honorable guests, the lovely parents gathered here, and my fellow students. Good afternoon. It's morning. Good morning. It is an honor to speak to all of you today. Now, before anything else, I want to quickly state that I am grateful. I am grateful for every single person associated with this school and for whatever this school has done for me or made me into. I might not be very expressive about it, but I am very, very grateful. Happy morning to all the beautiful souls. Christmas magic is in the air. It is season to sparkle. So with a sparkling soul, I am here to share with you all that it is a matter of pride, as even in these trying times of hardships caused by this lockdown imposed on us due to the COVID-19 pandemic, the Sacred Heart family was actively engaged in useful endeavors, and result of which is that fourth issue of school magazine, christened as Heartian's Aroma, is ready to release. It is an elaborate testimony to our painstaking efforts to nurture the unique spark of creativity in our students. It will also apprise you all about the progressive journey of Sacred Heartians and gives you a brief synopsis of the various activities that are integral to the school. I want to mention here that venturing out this magazine is due to the inspiration of our school director, Reverend Father William Samota,
and untiring efforts of our beloved principal, Reverend Sister Crispin Maria. I express my heartfelt gratitude to them for always encouraging us and for providing me the opportunity to edit this compilation. I also owe my heartfelt thanks to the staff and students for the tremendous cooperation, and I want to especially thank members of editorial board for walking with me through the odyssey of compiling this work. Thanking the Almighty God for always leading us towards the right path and always crowning our efforts, I gladly commend the present issue of the publication and offer it to all the well-wishers of Sacred Heart Convent School. May we all continue to spread the aroma of goodness and love all around. I wish you all a blissful reading. Thank you. God bless you all. Let's give a big hand. Here we are presenting our new issue of School Magazine, the fourth issue, that is Hachim's Aroma. Our Honourable Father William Sota, Principal Ma'am, Maria, undoubtedly is
father and sister are the backbone of our institute. Today, on this special occasion, I will take the opportunity to commemorate all the students, teachers, and the worthy parents who had brought the students to such a place where with their immense hard work and their parents without support, all would not have been possible. This is the day the Lord has given us. Let us praise and thank the Lord. We have today with us a very respected today's chief guest, Mr. Ashish Verma, the manager of HDFC Bank, Sanimal branch. Ma'am Mansi, Ma'am Deepika, and Mr. Sandeep, a special guest of honor. Very respected our Reverend Sister Crispin Maria, the principal, our working staff members, our dear parents, loving students, and you, my dear brothers and sisters. A very warm and graceful good morning to each and every one of you. First of all, I extend my most sincere thanks to the Almighty God for giving this a beautiful day to come as one family to thank and praise the Almighty God very specially for the gift of life. I would say God loves us and He has protected us and kept us safe and sound till today. And today is a very great day for all of us as we are appreciating our very beloved children for the great work they have done. It's my deep pleasure and honor to stand in front of you and express word of gratitude to everyone present here. Firstly, I would like to express my sincere thanks to HDFC Bank Sanewal and its entire team for being so generous and for this kind gesture of honoring our ICSE and IIC toppers. And I'm sure that this initiative is going to motivate our upcoming students to excel and shine.